ਬਹੁਤ ਹੀ ਪਿਆਰੇ ਵਿਦਿਆਰਥੀਓ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਨ ਜਾ ਰਹੀ ਹਾਂ ਉਹ ਕਿਸੇ ਪਾਰਟिकुलर ਕਲਾਸ ਤੇ ਨਾਲ ਸੰਬੰਧਿਤ ਨਹੀਂ ਹੈ ਸਗੋਂ ਹਰ ਉਹ ਵਿਦਿਆਰਥੀ ਜੋ ਗਵਰਨਮੈਂਟ ਸਕੂਲਸ ਦੇ ਵਿੱਚ ਪੜ ਰਹੇ ਹਨ ਉਹਨਾਂ ਦੇ ਨਾਲ ਸੰਬੰਧਿਤ ਹੈ ਸਾਡੀ ਟੀਮਵਰਕ ਦੇ ਨਾਲ ਇੱਕ ਚੇਨ ਜੋ ਸਾਡੇ ਮਾਨਯੋਗ ਸਿੱਖਿਆ ਮੰਤਰੀ ਜੀ ਸਾਡੇ ਮਾਨਯੋਗ ਸਿੱਖਿਆ ਸਕੱਤਰ ਜੀ ਤੋਂ ਆਰੰਭ ਹੁੰਦੀ ਹੋਈ ਸਾਡੇ ਸਟੇਟ ਆਫੀਸਰਸ ਡੀਓਜ਼ ਪ੍ਰਿੰਸੀਪल्स ਡੀਐਮਸ ਬੀਐਮਸ ਅਤੇ ਟੀਚਰਸ ਤੋਂ ਹੁੰਦੀ ਹੋਈ ਤੁਹਾਡੇ ਵਿਦਿਆਰਥੀਆਂ ਤੱਕ ਪਹੁੰਚਦੀ ਹੈ ਕਿਉਂਕਿ ਤੁਰਾਤਾ ਤੁਸੀਂ ਹੀ ਹੋ ਜਿਸ ਤੇ ਦੁਆਲੇ ਸਾਡੇ ਸਾਰਿਆਂ ਦੀ ਮਿਹਨਤ ਘੁੰਦੀ ਹੈ ਸਾਡਾ ਮਕਸਦ ਇਸ ਮਹਾਮਾਰੀ ਦੇ ਸਮੇਂ ਦੌਰਾਨ ਵੀ ਤੁਹਾਨੂੰ ਘਰ-ਘਰ ਸਿੱਖਿਆ ਪਹੁੰਚਾਉਣਾ ਹੈ ਤਾਂ ਕਿ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਦੌੜ ਤੋਂ ਕਿਤੇ ਪਿੱਛੇ ਨਾ ਰਹਿ ਜਾਓ ਜੋ ਮਿਹਨਤ ਸਾਡਾ ਵਿਭਾਗ ਪਿਛਲੇ 4 ਮਹੀਨਿਆਂ ਤੋਂ ਕਰ ਰਿਹਾ ਹੈ ਉਸ ਦੀ ਆਉਟਪੁੱਟ ਜਾਣਨ ਦੇ ਲਈ ਤੁਹਾਡੇ ਫਰਸਟ ਹਾਰਮ ਦੇ ਐਗਜ਼ਾਮਸ ਕੰਡਕਟ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ ਇਸ ਦੇ ਸਬੰਧ ਵਿੱਚ ਹੀ ਸਾਡਾ ਅਧਿਆਪਕਾਂ ਦਾ ਇੱਕ ਵੈਬਿਨਾਰ ਜੋ ਕਿ ਸਾਡੇ ਮਾਨਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਅਗਵਾਈ ਦੇ ਵਿੱਚ ਅੱਜ ਕੀਤਾ ਗਿਆ ਜਿਸ ਦੇ ਵਿੱਚ ਲਗਭਗ 25000 ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ। ਇਸ ਵੈਬਿਨਾਰ ਦੇ ਵਿੱਚ ਜੋ ਤੁਹਾਡੇ ਵਿਦਿਆਰਥੀਆਂ ਦੇ ਨਾਲ ਵਿਚਾਰ ਸਾਂਝੇ ਕੀਤੇ ਗਏ ਉਹ ਮੈਂ ਇਹਨਾਂ ਨਾਟਸ਼ੈਲ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ। ਜਿਸ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਮਿਤੀ ਬਾਰੇ ਦੱਸਣ ਜਾ ਰਹੀ ਹਾਂ ਜੋ ਜਿਸ ਦਿਨ ਤੋਂ ਤੁਹਾਡੇ ਐਗਜ਼ਾਮਸ ਸ਼ੁਰੂ ਹੋਣੇ ਹਨ। ਉਹ ਹੈ 13 ਜੁਲਾਈ 2020। ਉਸ ਤੋਂ ਬਾਅਦ ਹੈ ਹਰ ਵਿਸ਼ੇ ਦਾ ਪੇਪਰ ਵੀ ਨੰਬਰ ਦਾ ਹੋਏਗਾ। ਹਰ ਵਿਦਿਆਰਥੀ ਨੇ ਆਪਣਾ ਪੇਪਰ ਹੱਲ ਕਰਕੇ ਆਪਣੇ ਅਧਿਆਪਕ ਦੇ ਨੰਬਰ ਤੇ ਪਰਸਨਲੀ ਸੈਂਡ ਕਰਨਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਏ। ਜਿਹੜੇ ਤੁਹਾਡੇ ਕਲਾਸ ਦੇ ਗਰੁੱਪਸ ਬਨੇ ਹੋਏ ਨੇ ਕਿਸੇ ਵਿਦਿਆਰਥੀ ਨੇ ਉਹ ਪੇਪਰ ਹੱਲ ਕਰਕੇ ਉਸ WhatsApp ਗਰੁੱਪ ਦੇ ਵਿੱਚ ਨਹੀਂ ਭੇਜਣਾ ਬਲਕਿ ਸਬੰਧਿਤ ਅਧਿਆਪਕ ਦੇ ਪਰਸਨਲ ਨੰਬਰ ਤੇ ਆਪਣਾ ਉਹਲਾ ਪੇਪਰ ਹੱਲ ਕਰਕੇ ਭੇਜਣਾ ਹੈ। ਇਸ ਤੋਂ ਬਾਅਦ ਜਿੰਨਾ ਵਿਦਿਆਰਥੀ ਕੋਲ 스마트ਫੋਨ ਨਹੀਂ ਹਨ ਹਰ ਅਧਿਆਪਕ ਉਹਨਾਂ ਤੱਕ ਪਹੁੰਚ ਕਰਨ ਦੇ ਆਪ ਕੋਸ਼ਿਸ਼ ਕਰਨਗੇ ਤਾਂ ਕਿ ਇਸ ਜਿਹੜੇ ਪੇਪਰ ਤੁਹਾਡੇ ਹੋਣੇ ਨੇ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਵਿਦਿਆਰਥੀ ਨੇ ਉਹ ਭਾਗ ਲੈ ਸਕਣ ਇਸ ਬੰਦ ਦੇ ਵਿੱਚ ਤੁਹਾਡੇ ਅਧਿਆਪਕ ਸਹਿਬਾਨ ਜਿਹੜੇ ਨੇ ਉਹ ਤੁਹਾਨੂੰ ਸੈਂਪਲ ਕੁਐਸਚਨ ਪੇਪਰਸ ਵੀ ਭੇਜਣਗੇ ਜਿੱਤੋਂ ਤੁਸੀਂ ਆਪਣੇ ਜਿਹੜੇ ਅੰਕਾਂ ਦੀ ਵੰਡ ਹੈ ਉਹ ਤੁਸੀਂ ਅੰਦਾਜ਼ਾ ਲਗਾਓਗੇ ਅਤੇ ਬਿਲਕੁਲ ਉਸੇ ਹੀ ਪੈਟਰਨ ਤੇ ਜਿਹੜੇ ਜਿਹੜੀ ਤੁਹਾਡੇ ਮਿੱਥੀਆਂ ਤੁਹਾਨੂੰ ਦਿੱਤੀਆਂ ਗਈਆਂ ਨੇ ਡੇਟ ਸ਼ੀਟ ਦੇ ਵਿੱਚ ਉਹਦੇ ਵਿੱਚ ਜਿਹੜੇ ਵਿਸ਼ਾ ਵਾਰ ਉਸੇ ਹੀ ਪੈਟਰਨ ਤੇ ਤੁਹਾਡੇ ਜਿਹੜੇ ਪੇਪਰ ਨੇ ਉਹ ਲੈ ਜਾਣਗੇ ਉਸ ਤੋਂ ਬਾਅਦ ਜਿਹੜੇ ਪ੍ਰੈਸ਼ਨ ਉੱਤੇ ਦੇ ਅੰਕ ਹੈ ਉਹਦਾ ਤੁਹਾਨੂੰ ਵੀ ਉਸੇ ਸੈਂਪਲ ਕੁਐਸਚਨਸ ਤੋਂ ਜਿਹੜੇ ਪੇਪਰ ਆਣਗੇ ਤੁਹਾਨੂੰ ਉਹ ਤੋਂ ਉਹਦਾ ਅੰਦਾਜ਼ਾ ਹੋ ਜਾਏਗਾ ਕਿ ਜਿਹੜੇ ਤੁਹਾਨੂੰ ਕੁਐਸਚਨ ਆਣੇ ਨੇ ਉਹ ਐਮਸੀਕਿਊਜ਼ ਨੇ ਫਿਲ ਅਪਸ ਨੇ ਜਾਂ ਸਿੰਗਲ ਲਾਈਨ ਕੁਐਸਚਨਸ ਨੇ ਵੱਧ ਤੋਂ ਵੱਧ ਇੰਨੇ ਹੀ ਹੋਣਗੇ ਇਸ ਤੋਂ ਜ਼ਿਆਦਾ ਨਹੀਂ ਉਸ ਤੋਂ ਪਹਿਲ ਪਰ ਇੱਕ ਗੱਲ ਪੇਪਰ ਅਟੈਂਪਟ ਕਰਨ ਲੱਗਿਆਂ ਫਾਈਨਲ ਪੇਪਰ ਵੀ ਆਪਣਾ ਅਟੈਂਪਟ ਕਰਨ ਲੱਗਿਆਂ ਤੁਸੀਂ ਇੱਕ ਗੱਲ ਦਾ ਬਹੁਤ ਖਿਆਲ ਰੱਖਣਾ ਹੈ ਪਹਿਲੇ ਕੁਐਸਚਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਉਤੋਂ ਬਾਅਦ ਜਿਹੜੀ ਉਹਦੀਆਂ ਅੱਗੇ ਆਪਸ਼ਨਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਫਿਰ ਤੁਸੀਂ ਜਿਹੜਾ ਆਪਣਾ ਚੂਜ਼ ਦਾ ਅਨਸਰ ਜਿਹੜਾ ਜੋ ਵੀ ਤੁਸੀਂ ਤਰੀਕਾ ਵਰਤੂਗੀ ਉਹਨੂੰ ਕਲਿੱਕ ਕਰਨ ਦੇ ਲਈ ਫਿਰ ਤੁਸੀਂ ਉਹਨੂੰ ਕਲਿੱਕ ਕਰਨਾ ਹੈ ਤਾਂ ਕਿ ਜਿਹੜਾ ਰਾਈਟ ਅਨਸਰ ਹੈ ਉਹੀ ਤੁਹਾਡਾ ਫਾਰਵਰਡ ਹੋ ਸਕੇ ਗਲਤ ਨਹੀਂ ਕਾਲੀ ਨਹੀਂ ਕਰਨੀ ਕਿਉਂਕਿ ਤੁਹਾਨੂੰ ਆਪਣਾ ਪੇਪਰ ਸਬਮਿਟ ਕਰਨ ਦੇ ਲਈ 24 ਕੈਂਟਿਆਂ ਦਾ ਸਮਾਂ ਦਿੱਤਾ ਜਾਏਗਾ ਇਕ ਖਾਸ ਤੌਰ ਤੇ ਇਸ ਕਰਕੇ ਵੀ ਦਿੱਤਾ ਗਿਆ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਜਿਸ ਹਰ ਤਰ੍ਹਾਂ ਦੇ ਜਿਹੜੇ ਵਿਦਿਆਰਥੀ ਨੇ ਉਹ ਸਾਡੇ ਸਕੂਲਾਂ ਵਿੱਚ ਪੜ੍ਹਦੇ ਨੇ ਕਿਸੇ ਘਰ ਦੇ ਵਿੱਚ ਇੱਕੀ ਸਮਾਰਟਫੋਨ ਹੈ ਸ਼ਾਇਦ ਉਹ ਉਹਨਾਂ ਦੇ ਬ੍ਰਦਰਸ ਦੇ ਕੋਲ ਜਾਂ ਫਾਦਰਸ ਦੇ ਕੋਲ ਵੀ ਹੋ ਸਕਦਾ ਹੈ ਉਹ ਬੱਚਿਆਂ ਦੇ ਵਿਦਿਆਰਥੀਆਂ ਦੇ ਫਾਦਰ ਕੋਲ ਵੀ ਹੋ ਸਕਦਾ ਹੈ ਇਸ ਕਰਕੇ ਜਦੋਂ ਕਿ ਸਵੇਰ ਬਹੁਤ ਅਰਲੀ ਮਾਰਨਿੰਗ ਜਾਂ ਲੇਟ ਇਨ ਦਾ ਈਵਨਿੰਗ ਜਦੋਂ ਉਹ ਘਰ ਆਉਣ ਤਾਂ ਤੁਸੀਂ ਉਹਨਾਂ ਕੋਲੋਂ ਉਹ ਫੋਨ ਲੈ ਕੇ ਆਪਣਾ ਪੇਪਰ ਹੱਲ ਕਰਕੇ ਤੇ ਜਿਹੜਾ ਸਬਮਿਟ ਹੈ ਉਹ ਕਰ ਸਕੋਗੇ ਇਸ ਕਰਕੇ ਜਿਹੜਾ ਇਹਦਾ ਮਕਸਦ ਹੈ ਉਹ ਤੁਹਾਨੂੰ ਇਹ ਇਸ ਮਕਸਦ ਨੂੰ ਪੂਰਿਆ ਕਰਨ ਦੇ ਲਈ ਤੁਹਾਨੂੰ 24 ਘੰਟੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਕਿ ਹਰ ਵਿਦਿਆਰਥੀ ਇਸ ਪੇਪਰ ਨੂੰ ਦੇ ਸਕੇ ਇਹਨੂੰ ਤੁਸੀਂ ਆਪ ਵੀ ਆਪਣੇ ਲੈਵਲ ਤੇ ਹਰ ਹਿੱਲੇ ਕੋਸ਼ਿਸ਼ ਕਰਨੀ ਹੈ ਕਿ ਕਿਸੇ ਤਰ੍ਹਾਂ ਵੀ ਜਿਹੜਾ ਤੁਹਾਡਾ ਇਹ ਵਾਲਾ ਪੇਪਰ ਹੈ ਉਹ ਰਹੇ ਨਾ ਜੇ ਤੁਹਾਨੂੰ ਕੋਈ ਵੀ ਕਿਸੇ ਕਿਸਮ ਦੀ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਆਪਣੇ ਅਧਿਆਪਕ ਸਹਿਬਾਨ ਨੂੰ ਪਰਸਨਲੀ ਕਾਲ ਕਰ ਸਕਦੇ ਹੋ ਔਰ ਉਹਦਾ ਜਿਹੜਾ ਹੱਲ ਹੈ ਉਹ ਤੁਹਾਡੇ ਅਧਿਆਪਕ ਸਹਿਬਾਨ ਤੁਹਾਨੂੰ ਜ਼ਰੂਰ ਦੇਣਗੇ ਕਿਉਂਕਿ ਐਸ ਵੇਲੇ ਹਰ ਅਧਿਆਪਕ ਵੀ ਆਪਣੇ ਹਰ ਵਿਦਿਆਰਥੀ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਜਿਹੜੀ ਉਹਨਾਂ ਦੀ ਉਹ ਅਗਵਾਈ ਕਰ ਰਹੇ ਨੇ ਔਰ ਮੈਨੂੰ ਪੂਰਾ ਯਕੀਨ ਹੈ ਕਿ ਕੋਈ ਵੀ ਬੱਚਾ ਜਿਹੜਾ ਆਪਣੇ ਕਿਸੇ ਵੀ ਅਧਿਆਪਕ ਤੋਂ ਕਿਸੇ ਗੱਲੋਂ ਮਿਰਾਸ਼ ਨਹੀਂ ਹੋਏਗਾ ਹੁਣ ਕਿਉਂਕਿ ਮੈਂ ਆਪਣੇ ਲਫਜ਼ਾਂ ਨੂੰ ਸੰਕੋਚਦੀ ਹੋਈ ਅਸੀਂ ਉਸ ਵੇਲੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਾਂਗੇ ਜਦੋਂ ਫਿਰ ਤੂੰ ਆਪਾਂ ਦੁਬਾਰਾ ਉਹਨਾਂ ਸਕੂਲਾਂ ਦੇ ਵਿੱਚ ਦੁਬਾਰਾ ਮਿਲਾਂਗੇ ਫਿਰ ਉਹ ਹਾਲਾਤ ਠੀਕ ਹੋਉਣਗੇ ਪਰਮਾਤਮਾ ਕਰੇ ਜਲਦੀ ਤੋਂ ਜਲਦੀ ਸਾਰੇ ਹਾਲਾਤ ਠੀਕ ਹੋਣ ਅਸੀਂ ਦੁਬਾਰਾ ਆਪਣੇ ਸਕੂਲਾਂ ਵਿੱਚ ਸਾਰੇ ਇੱਕ ਦੂਜੇ ਨੂੰ ਤੰਦਰੁਸਤੀ ਦੇ ਨਾਲ ਮਿਲੀਏ ਤੇ ਕੁਝ ਦਿਨ ਪਹਿਲਾਂ ਹੀ ਮੈਂ ਕੁਝ ਲਾਈਨਾਂ ਪੜੀਆਂ ਸੀ ਜੜੀਆਂ ਕਿ ਮੈਨੂੰ ਲੱਗਾ ਇੱਕ ਅਧਿਆਪਕ ਤੇ ਲਈ ਸੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨਾ ਚਾਹਾਂਗੀ ਕਿਸਾਨ ਕੋ ਕਬੀ ਭੂਮੀ ਬੰਜਨ ਨਾ ਦੋ ਯੋਧਾ ਕੋ ਕਬੀ ਕੁੰਦ ਖੰਜਰ ਨਾ ਦੋ ਖਾਮੋਸ਼ ਕਮਰੇ ਸੁੰਸਾਨ ਵਿਦਿਆਲਏ ਅਧਿਆਪਕ ਕੋ ਕਬੀ ਐਸਾ ਮੰਜ਼ਰ ਨਾ ਦੋ ਲਫਜ਼ੀ ਇਹਨੇ ਭਾਰੇ ਨੇ ਕਿ ਮੇਰਾ ਸਾਥ ਨਹੀਂ ਮੇਰੀ ਜਬਾਨ ਮੇਰਾ ਸਾਥ ਨਹੀਂ ਸੀ ਦੇ ਰਹੀ ਕਿਉਂਕਿ ਦਿਲ ਭਰ ਜਾਂਦਾ ਜਦੋਂ ਆਪਾਂ ਇਹੋ ਜੀਆਂ ਗੱਲਾਂ ਬਾਰੇ ਸੋਚਦੇ ਵੀ ਆ ਪਰ ਕੀ ਕਰਨਾ ਸਮੇ ਦੀ ਚਾਲ ਨਾਲ ਚੱਲ ਰਹੇ ਆ ਆਓ ਰਲ ਕੇ ਸਾਰੇ ਪ੍ਰਮਾਤਮਾ ਕੀ ਅਰਦਾਸ ਕਰੀਏ ਕਿ ਇਹ ਵਲਾ ਸਾਰਾ ਸਮਾਂ ਵਧੀਆ ਵਧੀਆ ਲੰਘੇ ਅਤੇ ਅਸੀਂ ਦੁਬਾਰਾ ਆਪਣੇ ਸਕੂਲਾਂ ਦੇ ਵਿੱਚ ਮੁੜ ਆਪਣੇ ਅਧਿਆਪਕਾਂ ਦੇ ਨਾਲ ਆਪਣੇ ਵਿਦਿਆਰਥੀ ਸਾਥੀਆਂ ਦੇ ਨਾਲ ਖੁਸ਼ੀ ਭਰਿਆ ਸਮਾਂ ਬਿਤਾਈਏ ਧੰਨਵਾਦ